ਨੇੜੇ ਫਿਰ ਮੁੱਕ ਗਏ ਝਗੜੇ ਤੇੜੇ ਜਦ ਮਾਂ ਸਭਨਾ ਦੇ ਨੇੜੇ ਫਿਰ ਮੁੱਕ ਗਏ ਝਗੜੇ ਤੇੜੇ ਅੱਜ ਹੈ ਟਕਰਾਤਾ।
ਮਾਂ ਦੀ ਗੱਲ ਮੰਨ ਲਈ ਉਹ ਮੰਨ ਲਈ ਗੱਲ ਮੰਨ ਲਈ ਮੰਨ ਲਈ ਉਹ ਮਈਆ ਜੀ ਨੇ ਭਗਤਾਂ ਦੀ ਗੱਲ ਮੰਨ ਲਈ ਉਹ ਮੰਨ ਲਈ ਗੱਲ ਮੰਨ ਲਈ ਮੰਨ ਲਈ
ਜਾਂਦੀ ਨੱਚੀ ਜਾਂਦੀ ਭਗਤਾਂ ਦੀ ਟੋਲੀਏ ਸਭ ਦੇ ਦਿਆਲ ਹੋਈ ਮਈਆ ਮੇਰੀ ਭੋਲੀਏ ਜਿਨ੍ਹਾਂ ਨੂੰ ਆਪਣੀਆਂ ਸੱਸਾਂ ਨਾਲ ਪਿਆਰ ਹੈ ਜੀ ਹੱਥ ਥੱਲੇ ਕਰ ਲਓ ਹਾਂਜੀ ਮਾਤਾ ਕਰਕੇ ਦੋਨਾਂ ਪਿੱਛੇ ਕਰਕੇ ਹਾਜ਼ਰੀ ਲਗਵਾਉਣੀ ਹੈ ਜੀ ਦੋਨਾਂ ਪਿੱਛੇ ਕਰਕੇ ਵਾਹ ਜੀ ਵਾਹ ਮਾਤਾ ਜੀ ਪੈਨਸ਼ਨ ਹੁਣ ਤਾਂ ਥੋੜ੍ਹੀ ਜਿਹੀ ਵਧਾ ਦਿੱਤੀ ਅੱਗੇ ਨਾਲੋਂ ਜੀ ਹੱਥ ਉੱਤੇ ਕਰ ਲਓ ਜੀ ਮਿਲਣ ਵਾਲੀ ਇੱਕ ਦਿਨ ਤੱਕ ਵਾਹ ਜੀ ਵਾਹ ਹੁਣ ਜਿਨ੍ਹਾਂ ਨੇ ਵੀ ਹੱਥ ਉੱਤੇ ਕੀਤੇ ਨੇ ਸਾਰੇ ਪਾਗਲ ਨੇ ਜੀ ਵਾਹ ਜੀ ਵਾਹ ਮੈਂ ਵੀ ਪਾਗਲਾਂ ਕੋਈ ਗੱਲ ਨਹੀਂ ਮੇਰਾ ਵੀ ਹੱਥ ਉੱਪਰ ਹੀ ਹੈ ਤੁਸੀਂ ਪਾਗਲ ਜ਼ਰੂਰ ਹੋ ਲੇਕਿਨ ਮੂਰਖ ਨਹੀਂ ਪਾਗਲ ਤਾਂ ਹੈ ਹੀ ਉਹ ਮੂਰਖ ਨਹੀਂ ਹੈਗੇ ਪਾਗਲ ਕਿਹਨੂੰ ਕਿਹਾ ਜਾਂਦਾ ਜੀ ਜਿਹੜਾ ਗੱਲ ਨੂੰ ਪਾਲਵੇ ਖਾਣੇ ਦੇ ਵਿੱਚ ਪਾ ਗੱਲ ਇਸ ਕਰਕੇ ਤੁਹਾਨੂੰ ਪਾਗਲ ਕਰਾਰ ਦਿੱਤਾ ਗਿਆ ਜੀ ਪਾਗਲ ਦਾ ਦਰਜਾ ਦਿੱਤਾ ਗਿਆ ਸੋਰੀ ਹਾਂਜੀ ਦੋਨੋਂ ਹੱਥ ਉੱਤੇ ਕਰਕੇ ਕੀ ਕਹਿਣਾ ਜੀ ਹਾਂਜੀ ਕਹਿੰਦੇ ਨਾ ਰੱਬ ਨੀ ਰੁਸਤਾ ਰੱਬ ਦੀ ਸੋਹ ਜੀ ਨੂੰ ਮਾਂ ਨੂੰ ਮਨਾਉਣ ਦਾ ਚੱਜ ਹੋਵੇ ਉਹ ਵਾਰ ਟਮਕੇ ਦੀ ਕਿਉਂ ਪਾਵੇ ਜਿਹਦਾ ਮਾਂ ਨੂੰ ਵੇਖਿਆ ਹੱਜ ਹੋਵੇ ਸੋ ਕਹਿੰਦੇ ਨੱਚਣਾ ਵੀ ਇਬਾਦਤ ਬਣ ਜਾਂਦਾ ਹੈ ਪਰ ਜੇ ਨੱਚਣੇ ਦਾ ਕੋਈ ਚੱਜ ਹੋਵੇ ਸੋ ਜਿਹਨਾਂ ਨੇ ਨੱਚਣਾ ਜੀ ਖੜੇ ਹੋ ਜਾਓ ਹਾਂ ਸਾਡੇ ਭਾਈਆਂ ਨੂੰ ਵੀ ਬੇਨਤੀ ਹੈ ਭੈਣਾਂ ਨੂੰ ਵੀ ਬੇਨਤੀ ਹੈ ਕੋਈ ਸ਼ੰਗ ਸ਼ਰਮ ਵਾਲੀ ਗੱਲ ਨਹੀਂ ਵਿਆਹ ਦੇ ਵਿੱਚ ਵੀ ਆਪਾਂ ਨੱਚਦੇ ਹਾਂ ਠੀਕ ਹੈ ਜੀ ਵਿਆਹ ਦੇ ਵਿੱਚ ਕਿਹੜਾ ਆਪਾਂ ਨੱਚਦੇ ਨਹੀਂ ਹੈਗੇ ਜਮਾਲ ਦਰਬਾਰ ਹੈ ਕਿ ਮੰਗਣਾ ਖੈਰ ਮੈਂ ਤੇਰੇ ਦੀਵਾਨਿਆਂ ਦੇ ਤੇਰੇ ਹੱਥ ਤਰਾਜੂ ਇਨਸਾਫ ਕਰਦੇ ਅਸੀਂ ਹੱਥਾਂ ਨੂੰ ਜੋੜਿਆ ਅਰਜ਼ ਕਰਦੇ ਭੁੱਲਾਂ ਸਾਡੀਆਂ ਦਾਦੀਏ ਮਾਫ ਕਰ ਦੇ ਹਰੇ ਉਦੋਂ ਜਿਹਨੇ ਨੱਚਣਾ ਜੀ ਕੋਈ ਗੱਲ ਨਹੀਂ ਜੀ ਗੁਰਪ੍ਰੀਤ ਕੌਰ ਛੋਟੀ ਜੀ ਬੱਚੀ ਗੁਰਪ੍ਰੀਤ ਕੌਰ ਅਗਲਾ ਵੀਰੇ ਪ੍ਰਵਿੰਦਰ ਸਿੰਘ ਪ੍ਰਵਿੰਦਰ ਸਿੰਘ ਜੀ ਪ੍ਰਵਿੰਦਰ ਸਿੰਘ ਨਹੀਂ ਤਾਂ ਉਹਨਾਂ ਦੇ ਪੇਰੈਂਟਸ ਹੋਣਗੇ ਇੱਕ ਤਾੜੀ ਮਾਰਦੇ ਜੀ ਆਪਣੇ ਪਿੰਡ ਦਾ ਨਾਂ ਰੋਸ਼ਨ ਕਰਦੇ ਨੇ ਬੱਚੇ ਪੜ੍ਹਾਈ ਦੇ ਵਿੱਚ ਇਹਨਾਂ ਦਾ ਥੋੜ੍ਹਾ ਜਿਹਾ ਮਨੋਬਲ ਬਣ ਜੂਗਾ ਅਰਸ਼ਦੀਪ ਕੌਰ ਛੋਟੀ ਬੱਚੀ ਜ਼ਰੂਰ ਲਾਵਾਂਗੇ ਜੀ ਜ਼ਰੂਰ ਜ਼ਰੂਰ ਜੀ ਧੰਨਵਾਦ ਹਾਂਜੀ ਅਗਲਾ ਦੱਸੋ ਜੀ ਆਕਾਸ਼ਦੀਪ ਤੋਂ ਨਕਸ਼ਾ ਹਰਜੋਤ ਕੌਰ ਪੂਰੇ
ਦੇਖਣਾ ਚਾਹੀਦਾ, ਮੈਨੂੰ ਵੀ ਤਾਂ ਵਿਊ ਦੇਖਣਾ ਚਾਹੀਦਾ। ਫਿਕਸ ਤਾਂ ਕਰ ਸ਼ਗਨ ਕਰ ਸ਼ਰਨ ਕਰ ਸਾਰੀ ਖੁਸ਼ਪ੍ਰੀਤ ਕੌਰ ਜੀ ਖੁਸ਼ੀ ਸਿਮਰਨਜੀਤ ਕੌਰ ਇਹ ਨਵੇਂ ਸ਼ਾਮਲ ਹੋਏ ਨੇ ਸੇਵਾਦਾਰ, ਇਸ ਕਮੇਟੀ ਦੇ ਵਿੱਚ ਤਾੜੀ ਲਗਾ ਦਿਓ ਤੇ ਨਾਂ ਦਿਓ। ਪ੍ਰਧਾਨ ਹੋਰ ਲੈ ਕੇ ਆਉਣ, ਇਹ ਬਹੁਤ ਸੋਹਣੀ ਸੇਵਾ ਕਰਦੇ ਨੇ, ਸਾਡਾ ਵੀ ਚਾਹ ਪਾਣੀ ਇਹਨਾਂ ਨੇ ਕੀਤਾ ਭਾਈ। ਹਾਂ ਹਾਂ ਕਿਉਂ ਨਹੀਂ, ਉਹਨਾਂ ਦੇ ਨਾਂ ਦੇ ਉਹਨਾਂ ਦੇ ਬੱਚੇ ਨੂੰ ਸਨਮਾਨਿਤ ਕਰਨਾ ਚਾਹੁੰਦੇ ਨੇ ਕਲੱਬ ਵਾਲੇ ਵੀਰ। ਬੁੱਧ ਸਿੰਘ ਨੰਬਰਦਾਰ ਜੀ ਬੱਚੇ ਪਿੱਛੇ ਬੈਠਾ, ਪਿੱਛੇ ਹੋ ਜਾ। 4100 ਰੁਪਏ ਭੰਡਾਰੇ ਦੇ ਵਿੱਚ ਯੋਗਦਾਨ ਪਾਉਂਦੇ ਨੇ ਇਸ ਦੇਖ ਕੰਮ। ਹਾਂਜੀ ਬੁੱਧ ਸਿੰਘ ਜੀ ਨੰਬਰਦਾਰ ਸਾਹਿਬ ਨੂੰ ਬੇਨਤੀ ਹੈ ਦਰਬਾਰ ਦੇ ਵਿੱਚ ਆਉਣ ਜੀ, ਜਿੱਥੇ ਕਿਤੇ ਆਵਾਜ਼ ਸੁਣਦੇ ਹੋਣ ਦਰਬਾਰ ਦੇ ਵਿੱਚ ਆ ਜਾਣ ਜੀ। ਸਰਦਾਰ ਲਾਲ ਸਿੰਘ ਜੀ ₹2100, ਰਿੱਕੀ ਸਿੰਘ ਵਰਗ ਹਾਂਜੀ ਬਾਈ ਦੇ ਨਾਂ ਤੇ ਤਾੜੀਆਂ ਲਗਾ ਦੋ ਜੀ। ਜੋਨੀ ਵੀਰ ਮਿੰਦਾ ਬਾਈ ਮਿੰਦਾ ਬਾਈ ਨੇ ਪੱਥਰ ਦੀ ਸੇਵਾ ਕਰਵਾਈ ਹੈ ਜੀ। ਹੈਲੋ
ਭਾਈ ਬੱਲੀ ਸਿੰਘ ਜੀ, ਬੱਲੀ ਸਿੰਘ ਗੁਰਦੇਵ ਸਿੰਘ ਜੀ ਧਮਾਨ ਸਾਹਿਬ ਉਹ ਵੀ ਦਰਬਾਰ ਦੇ ਵਿੱਚ ਹਾਜ਼ਰ ਕਰਵਾਉਣ ਜੀ। ਤਾੜੀ ਮਾਰ ਦਿਆ ਕਰੋ, ਸੇਵਾਦਾਰਾਂ ਲਈ ਤਾੜੀ ਮਾਰ ਦਿਆ ਕਰੋ। ਬਹੁਤ ਵਧੀਆ ਸੇਵਾ ਨਿਭਾਈ ਇਹਨਾਂ ਨੇ। ਮਾਤਾ ਰਾਣੀ ਚੜ੍ਹਦੀ ਕਲਾ ਬਖਸ਼ੀ, ਹਰ ਮਦਾਨ ਫਤਿਹ ਬਖਸ਼ੀ। ਤਾੜੀ ਮਾਰਦੇ ਰਿਹਾ ਕਰੋ, ਜਿੰਨਾ ਚਿਰ ਸਨਮਾਨ ਹੁੰਦਾ ਬਾਈਆਂ ਦਾ ਤਾੜੀ ਰੱਖਿਆ ਕਰੋ। ਦਰਬਾਰ ਚ ਸੇਵਾ ਕੀਤੀ ਹੈ ਥੱਲੇ ਬਿਠਾ ਲੋ ਰਵੀ ਦੇ ਬਾਈ ਬਿੱਟੂ, ਜਿੱਥੇ ਖੜੇ ਨੇ ਉੱਥੇ ਦਾ ਖੜੇ ਰਹਿਣਾ।
ਅੱਜ ਮਾੜਾ ਮੁੰਡਾ ਤੁਰ ਫਿਰ ਲਿਆਉਣਾ ਭਾਈ ਚਰਨਜੀਤ ਦੀ ਅਰਦਾਸ ਹਰਵਿੰਦਰ ਕੁਲਵਿੰਦਰ ਪਿਆਰਾ ਜੀ ਅੱਜ ਸਾਡੇ 150 ਦੀ ਅਰਦਾਸ ਛੋਟੇ ਬੱਚੇ ਸਿਵਜੋਤ ਦੀ ਅਰਦਾਸ ਇਹਨਾਂ ਦੀ ਲੰਮੀ ਉਮਰ ਨਾਲ ਇਹਨਾਂ ਦੀ ਮਾਤਾ ਦੀ ਕਲਸ਼ ਵਧਾਵੇ ਵਾਰੀ ਦੇ ਦੇ ਵਰਾ ਦੀ ਵਰਦਾਤੀ ਏ ਵਾਰੀ ਦੇ ਦੇ ਵਰਾ ਦੀ ਵਰਦਾਤੀ ਏ ਵਾਰੀ ਦੇ ਦੇ ਵਰਾ ਦੀ ਵਰਦਾਤੀ ਏ ਵਾਹ ਜੀ ਵਾਹ ਭੈਣਾ ਬਿਨਾਂ ਨਹੀਂ ਗੱਲ ਬਣਦੀ ਵਾਹ ਜੀ ਵਾਹ ਤੇ ਪਵਨ ਕੁਮਾਰ ਜੀ ਖਜ਼ਾਨੇ ਦੇ ਵਿੱਚੋਂ ਸਾਡੇ ਪਵਨ ਕੁਮਾਰ ਸੋਪ ਜੀ ਜੀ ਸਾਰੇ ਦੀ ਅਰਦਾਸ ਕਰੇ ਬਾਈ ਜਦੇ ਮਾਤਾ ਜੀ ਦੇ ਪੰਡਾਲ ਤੱਕ ਪਹੁੰਚੋ ਸਾਡੇ ਪਵਨ ਕੁਮਾਰ ਜੀ ਪੈਸੇ ਕੱਢ ਦਿਓ ਮੋਦੀ ਕਢਾਊਗਾ ਕੋਈ ਫਾਇਦਾ ਫਿਰ ਪਹਿਲਾਂ ਵੀ ਬਣੀਆਂ ਨਾਲੇ ਆਪਣੇ ਨਾਲ ਨਹੀਂ ਇਹ ਮੋਦੀ ਕਢਵਾਉਣ ਲੱਗ ਪਿਆ ਮੇਰੇ ਖਿਆਲ 6 ਮਹੀਨੇ ਹੋਰ ਬੋਲਦੇ ਉਹਨੇ ਕੱਢ ਦਿਓ ਪਹਿਲਾਂ ਵੀ ਘਰੇ ਕਲੇ ਸੋਏ ਨੇ ਬਹੁਤ ਜ਼ਿਆਦਾ ਹਾਂਜੀ ਸਾਡੇ ਬਾਈ ਆਉਣ ਵਾਲੇ ਬਾਈ ਅੱਜ ਇਹਨਾਂ ਦੇ ਪੋਤਾ ਜੀ ਆਉਣ ਵਾਲੇ ਨੇ ਜੀ ਉਹਨਾਂ ਦੇ ਨਾਂ ਤੇ ਅਰਦਾਸ 11 ਰੁਪਈਆਂ ਦੀ ਸਾਡੀ ਭੈਣ ਜੀ ਵੱਲੋਂ ਵਾਹ ਜੀ ਵਾਹ ਸਾਡੇ ਭੈਣਾਂ ਦੀ ਅਰਦਾਸ ਪੂਰੀ ਹੋ ਜਾਏ ਆਸਾ ਦੀ ਪੂਰੀ ਹੋ ਜਾਏ ਜੱਗੀ ਤੇ ਯੂਵੀ ਜੀ ਜਗਵਿੰਦਰ ਯੂਵੀ 101 ਦੇ ਅਰਦਾਸ ਉਹਨਾਂ ਵੱਲੋਂ ਸਾਡੇ ਭੈਣ ਜੀ ਕਰਾ ਕੇ ਗਏ ਨੇ ਮਾਂ ਮਾਈ ਨੂੰ ਦਿਨ ਰਾਤ ਚੌਪੜੀ ਤਰੱਕੀ ਬਖਸ਼ੇ ਇਹਨਾਂ ਦੇ ਕੰਮ ਕਾਰ ਦੇ ਵਿੱਚ ਚੜ੍ਹਾਈ ਰੱਖੇ ਦਿਨ ਰਾਤ ਚੌਪੜੀ ਤਰੱਕੀ ਬਖਸ਼ੇ ਗੁਰਲਾਲ ਐਂਡ ਵੀਰਪਾਲ ਜੀ 101 ਦੀ ਅਰਦਾਸ ਕਰਾ ਕੇ ਗਏ ਨੇ ਭਾਈ ਇਹਨਾਂ ਨੂੰ ਫੌਜ ਵਿੱਚ ਵੀ ਲੱਗਣਾ ਜਾਂ ਹੋਰ ਕਿਤੇ ਲੱਗਣਾ ਹਾਂਜੀ ਜਿੱਥੇ ਕਿਤੇ ਵੀ ਲੱਗਣਾ ਦੱਸ ਜਾਓ ਉਹਦੇ ਹਿਸਾਬ ਨਾਲ ਅਰਦਾਸ ਕਰਵਾਵਾਂਗੇ ਕਰਨਵੀਰ ਜੀ ਮਾਤਾ ਜੀ ਵੱਲੋਂ ਜੀ 100 ਰੁਪਈਆਂ ਦੀ ਅਰਦਾਸ ਹੈ ਜੀ ਕਾਸ਼ਦੀਪ ਜੀ
ਗੁਰਮੀਤ ਜੀ 50 ਰੁਪਏ ਦੇ ਦਾ ਸਾਡੇ 100 ਰੁਪਏ ਦੇ ਦਾ ਸਾਡੇ ਸ਼ੁਭ ਕਰਮਨ ਦੇ ਸਾਥ 100 ਰੁਪਇਆ ਬਾਈ ਵੀਰਪਾਲ ਤੇ ਕੁਨਾਲ ਜੀ ਉਹਨਾਂ ਵੱਲੋਂ ਵੀ ਅਰਦਾਸ ਆਈ ਹੈ ਜੀ ਪਰਮਾਤਮਾ ਉਹਨਾਂ ਨੂੰ ਤਰੱਕੀਆਂ ਬਖਸ਼ੇ ਸੋ ਇਸ ਤੋਂ ਬਾਅਦ ਸਾਡੇ ਇੱਧਰ ਸਾਡੇ ਭਾਈ 20 ਰੁਪਏ ਦੀ ਅਰਦਾਸ ਕਰਵਾਉਣਾ ਚਾਹੁੰਦੇ ਨੇ ਪਰ ਆਹ ਤਾਂ ਕਰਵਾ ਦੇਈਏ ਲਾਸਟ ਹੈ ਬੂਹਾ ਲੱਜੋ ਜੀ 20 ਰੁਪਏ ਦੀ ਅਰਦਾਸ ਕਰਾ ਕੇ ਗਏ ਨੇ ਭੈਣ ਭਰਾਵਾਂ ਨੂੰ ਪਿਆਰ ਬਖਸ਼ੇ ਉਹ ਆ ਜੀ ਬੂਹਾ ਲੱਜੋ ਜੀ ਤਾੜੀ ਮਾਰਦੇ ਕਪੂਆ ਦੇ ਨਾਂ ਦੇ ਜੀ ਬਹੁਤ ਪਿਆਰੇ ਜੀ ਹਾਂਜੀ ਕਰਨਾਲ ਦੇ ਡੈਡੀ ਜੀ ਪਰਮੇਸ਼ ਕਰਕੇ ਸੀ ਜੀ ਪਰਮੇਸ਼ ਤੇ 200 ਰੁਪਏ ਅਰਦਾਸ ਸਾਡੇ ਨਾਮ ਨਹੀਂ ਦੱਸ ਕੇ ਬਾਈ ਜੀ ਕੋਈ ਨਹੀਂ ਚੱਲੇ ਜਾਂਦੇ ਹਾਂਜੀ ਬਾਈ ਜੀ ਕੁਮਾਰ ਜੀ ਪਹੁੰਚ ਚੁੱਕੇ ਨੇ ਕਮੇਟੀ ਵੱਲੋਂ ਦਾ ਹਾਰਦਿਕ ਸਵਾਗਤ ਜਾਗਰਣ ਦੇ ਵਿੱਚ ਜ਼ੋਰਦਾਰ ਬਾਬੂ ਪਵਨ ਕੁਮਾਰ ਜੀ ਇੱਥੇ ਪਹੁੰਚਣ ਤੇ ਜੀ ਆਇਆਂ ਕਹਿੰਦੇ ਜੀ ਇੱਕ ਤਾੜੀ ਮਾਰ ਲਓ ਜੀ ਬਾਬੂ ਜੀ ਨਾਲ ਜੀ ਵਾਹ ਜੀ ਵਾਹ ਕਮੇਟੀ ਵੱਲੋਂ ਇਹਨੂੰ ਸਨਮਾਨ ਚ ਦਿੱਤਾ ਜਾ ਰਿਹਾ ਜੀ ਹਾਂਜੀ ਬਹੁਤ ਸਾਰਾ ਸਹਿਯੋਗ ਦਿੰਦੇ ਨੇ ਕਮੇਟੀ ਨੂੰ ਜੀ ਹਰ ਵਾਰ ਢੇਰ ਸਾਰਾ ਪਿਆਰ ਜੀ ਦੋ ਨੇ ਨਾ ਕੁਨਾਲ ਦੇ ਨਾਲ ਹੀ ਕਰਦੇ ਨੇ ਕੋਈ ਗੱਲ ਨੀ ਜੀ ਮਹਾਮਾਹ ਆਪੀ ਜਾਣੇ ਜਾਣੇ ਜੀ ਵਾਹ ਜੀ ਵਾਹ ਹਾਂਜੀ ਹਾਂਜੀ ਸਾਰਿਆਂ ਦੀ ਅਰਦਾਸ ਹੈ ਜੀ ਤਾੜੀ ਮਾਰ ਦਿਓ ਜੀ ਵਾਹ ਜੀ ਵਾਹ ਕਮੇਟੀ ਵਾਲੇ ਦੇ ਨਾਲ ਹਾਂਜੀ ਜੇ ਕਿਸੇ ਦਾ ਨਾਂ ਗਲਤ ਬੋਲਿਆ ਗਿਆ ਹੋਵੇ ਤਾਂ 500 ਰੁਪਇਆ ਦੇ ਕੇ ਠੀਕ ਕਰਵਾ ਸਕਦੇ ਜੀ ਕੋਈ ਫੀਸ ਨਹੀਂ ਹੈ ਜ਼ਿਆਦਾ ਅਰਮਾਨ ਤੇ ਗੁਰੀ ਆਪਣੇ ਦੋ ਤਿੰਨ ਦਿਨਾਂ ਦੀ ਅਰਦਾਸ ਹੈ ਜੀ ਅਰਮਾਨ ਤੇ ਗੁਰੀ ਵਾਹ ਜੀ ਵਾਹ ਕਿੰਨਾ ਵਧੀਆ ਪਿੰਡ ਹੈ ਜੀ ਦੇਖੋ ਮਾੜਾ ਜਿਹਾ ਕਹਿਣ ਦੀ ਦੇਰ ਸੀ ਇੱਧਰ ਸਾਡੇ ਭੈਣ ਜੀ ਰਾਜਵੀਰ ਦੇ ਨਾਂ ਤੇ ਅਰਦਾਸ ਕਰਕੇ ਨੇ ਲਓ ਜੀ ਹਾਲ ਮੇਰੇ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਤੇ ਪਿੱਛੇ ਪਿੱਛੇ ਹੋ ਜਾਓ ਮਾੜਾ ਜਿਹਾ ਪੰਜਾਬ ਦੀ ਬੁਲੰਦਬਾਜ਼ ਦੇ ਮਾਲਿਕ ਫਕਰਾਂ ਫਕੀਰਾਂ ਦੀ ਲੂਹ ਦੀ ਖੁਰਾਕ ਵਨ ਟੂ ਥ੍ਰੀ ਚਲਾ ਗਿਆ ਫਕਰਾਂ ਫਕੀਰਾਂ ਦੀ ਲੂਹ ਦੀ ਖੁਰਾਕ ਪੰਜਾਬ ਦੀ ਬੁਲੰਦਬਾਜ਼ ਦੇ ਮਾਲਿਕ ਸੋਨੀ ਗਿੱਲ ਆ ਜਾ ਮਿੱਠੀ ਮਿੱਠੀ ਤਾੜੀ ਨਾਲ ਸਾਥ ਦੇਣਾ ਜੀ ਸਾਰੇ
ਹੁਕਮ ਪੜੋ ਗਰੀਬ ਨਵਾ ਆਪਣਾ ਕਰਕੇ ਰੱਖਿਓ ਮੋਹੇ ਬਾਪ ਕਰੇ ਕੀਤਾ ਸੱਚੇ ਦਰਬਾਰ ਕੀ ਹੱਥ ਉੱਤੇ ਕਰਤੀ ਸਾਰੀ ਸੱਚੇ ਦਰਬਾਰ ਕੀ ਵਾਹ ਜੀ ਵਾਹ ਸੋ ਆਦਿ ਸ਼ਕਤੀ ਮਾਂ ਦੁਰਗੇ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਤਮਾਮ ਸੰਗਤ ਸਾਰਿਆਂ ਦੇ ਚਰਨਾਂ ਦੇ ਵਿੱਚ ਮੋਸਟ ਵੈਲਕਮ ਹਾਰਦਿਕ ਅਭਿਨੰਦਨ ਕੀਆ ਜਾਂਦਾ ਹੈ ਜੀ ਬੋਲੀਏ ਸੱਚੇ ਦਰਬਾਰ ਕੀ ਜੈ ਮਹਿਬੂਬ ਕੀ ਮਹਿਫਿਲ ਹੈ ਮਹਿਬੂਬ ਹੀ ਆਤੇ ਹੈ ਮਹਿਬੂਬ ਕੀ ਮਹਿਫਿਲ ਕੋ ਮਹਿਬੂਬ ਹੀ ਸਜਾਤੇ ਹੈ ਦੇਖਣਾ ਯੇ ਹੈ ਆਪ ਸਭ ਉਨਕੀ ਤਰਫ ਦੇਖਣਾ ਦੇਖਣਾ ਯੇ ਹੈ ਕਿ ਮਹਾਮਾਈ ਕਿਨ ਕੀ ਤਰਫ ਦੇਖਦੀ ਹੈ ਸੋ ਸਾਰੀ ਸੰਗਤ ਇੱਕ ਮਹਾਮਾਈ ਦੇ ਨਾਮ ਦੀ ਜ਼ੋਰਦਾਰ ਤਾਲੀ ਵਜਾਉਂਦੀ ਹੈ ਸਾਰੀ ਸੰਗਤ ਜੀ ਵਾਹ ਜੀ ਵਾਹ ਸੋ ਸਾਡੇ ਮਿਸ਼ਨ ਗਰੁੱਪ ਸਾਡੇ ਉਸਤਾਦ ਜੀ ਗੀਤਾ ਭਾਜੀ ਸੋ ਇਕਬਾਲ ਖਾਨ ਜੀ ਵਿਜੇ ਸੋ ਅਮਿਤ ਸ਼ਰਮਾ ਜੀ ਜੋ ਕਿ ਮਹਾਮਾਈ ਦੇ ਬਹੁਤ ਹੀ ਸੱਚੇ ਭਗਤ ਨੇ ਜੀ ਇਹ ਸਾਡੇ ਸਾਊਂਡ ਓਪਰੇਟਰ ਗੁਰਦਿਆਲ ਸਾਊਂਡ ਪਾਤਨਾ ਜੋ ਕਿ ਕਾਫੀ ਅੱਛੇ ਅੱਛੇ ਸਿੰਗਰਾਂ ਨਾਲ ਇਹ ਸਾਊਂਡ ਜਾਂਦੇ ਆ ਜੀ ਮਹਾਮਾਈ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸੋ ਸਾਰੀ ਸੰਗਤ ਇਹਨਾਂ ਮਹਾਮਾਈ ਦੇ ਭਗਤਾਂ ਵਾਸਤੇ ਕੋਈ ਜ਼ੋਰਦਾਰ ਤਾਲੀ ਵਜਾਉਂਦੇ ਸਾਰੀ ਸੰਗਤ ਵਾਹ ਜੀ ਵਾਹ ਬੋਲੇ ਸੱਚੇ ਦਰਬਾਰ ਕੀ ਸ਼ੁਰੂ ਕਰੀਏ ਜੀ ਸੋ ਸਾਰੀ ਸੰਗਤ ਨੇ ਮਿੱਠੀ ਮਿੱਠੀ ਤਾੜੀ ਦੇ ਨਾਲ ਮਹਾਮਾਈ ਦੇ ਦਰਬਾਰ ਦੇ ਵਿੱਚ ਸਾਥ ਦੇਣਾ ਜੀ ਹਾਂਜੀ ਪਹਿਲਾਂ ਜੀ ਪ੍ਰਸਾਰ ਸੋ ਮਹਾਮਾਈ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਤਮਾਮ ਸੰਗਤ ਕਿਸੇ ਨੇ ਗੱਲਾਂ ਨਹੀਂ ਕਰਨੀਆਂ ਜੀ ਮਹਾਮਾਈ ਦੇ ਚਰਨਾਂ ਵਿੱਚ ਧਿਆਨ ਕਰਕੇ ਬੈਠਣਾ ਜੀ ਸਾਰੀ ਸੰਗਤ ਨੇ ਮਰ ਜਾ ਉਹ ਮੇਰੀ ਮਹੀਆ ਦੀ ਯਾਰੀ ਹੋ ਗਈ ਜਿਹੜੀਆਂ ਅੱਖੀਆਂ ਦੇ ਨਾਲ ਉਹ ਤੱਕਦੀ ਸੀ ਮਾਂ ਅੱਖਾਂ ਉਹੀਓ ਤੇ ਨਜ਼ਰ ਕੁਝ ਹੋਰ ਹੋ ਗਈ ਮਾਏ ਨੀ ਤੇਰੇ ਵੇਖਣ ਮੈਂ ਚੁੱਕ ਚਰਖਾ ਗਲੀ ਵਿੱਚ ਨਾ ਹੋ ਲੋਕਾਂ ਪਾਣੇ ਸੂਤ ਕੱਤਦੀ ਮੈਂ ਤਦ ਤੇਰੀਆਂ ਯਾਦਾਂ ਦੇ ਪਾਵਾਂ ਪਿਆਰ ਤੇਰਾ ਸਰਕਾਰ ਨਹੀਂ ਭੁੱਲਦਾ ਮਾਂ ਅੱਖੀਆਂ ਦੇ ਵਿੱਚੋਂ ਨੀਰ ਨਹੀਂ ਸੁੱਕਦਾ ਬੇ ਲੋਕੀ ਕਹਿੰਦੇ ਕਿਉਂ ਰੋਨੀਆਂ ਮੈਂ ਦੱਸ ਕਿਹੜਾ ਬਹਾਨਾ ਲਾਵਾਂ ਸੋ ਸਾਰੀ ਸੰਗਤ ਨੇ ਮਹਾਮਾਈ ਦੇ ਦਰਬਾਰ ਦੇ ਵਿੱਚ ਤਾੜੀ ਦੇ ਨਾਲ ਕੀ ਕਹਿਣਾ ਜਿਹੜੇ ਜਿਹੜੇ ਦੀ ਮਹਾਮਾਈ ਦੇ ਨਾਲ ਲੱਗੀ ਹੋਈ ਹੈ ਜੀ ਸੋ ਕੀ ਕਹਿਣਾ ਮੈਂ ਆਪਣਾ ਲਾਇਆ ਮਾਂ
ਨਿਨਿਸਾ ਗਾਰ ਨਿਨਿਸਾ ਹਾਂਜੀ ਮਿੱਟ ਮਿੱਟ ਦੇ ਤਾੜ ਜਰਾ ਰੈਡੀ 1 2 3 4 ਤਰੱਕੀ ਬਖਸ਼ੇ ਜੀ ਸੋ ਸਾਰੇ ਸਕਦੇ ਨੇ ਮਿੱਠੀ ਮਿੱਠੀ ਧੜ ਦੇ ਨਾਲ ਪੂਰੇ ਜੋਸ਼ ਦੇ ਨਾਲ ਬੁਲਾਉਣਾ ਜੀ ਮਹਾਮਾਈ ਨੂੰ ਹਾਜ਼ਰੀਆਂ ਲਵਾਉਣੇ ਨੇ ਜੀ ਮਹਾਮਾਈ ਦੇ ਦਰਬਾਰ ਤੇ ਸਾਡੇ ਵੀਰ ਜੀ ਆਪਣੇ ਛੋਟੇ ਭਰਾ ਦਾ ਮਾਣ ਕਰਕੇ ਗਏ ਨੇ ਜੀ ਬੋਲੇ ਸੱਚੇ ਦਰਬਾਰ ਕੀ ਜੈ ਆਓ ਜੀ ਸਾਹਿਬ ਆਪਣੇ ਪੋਤੇ ਦੀ ਖੁਸ਼ੀ ਦੇ ਵਿੱਚ ਮਹਾਮਾਈ ਦੇ ਚਰਨਾਂ ਵਿੱਚ ਅਰਦਾਸ ਕਰਾ ਕੇ ਗਏ ਨੇ ਜੀ ਪਰਮਾਤਮਾ ਇਹਨਾਂ ਦੇ ਪੋਤੇ ਨੂੰ ਮਹਾਮਾਈ ਇਹਨਾਂ ਦੇ ਪੋਤੇ ਨੂੰ ਲੰਬੀਆਂ ਉਮਰਾਂ ਬਖਸ਼ੇ ਤਰੱਕੀ ਬਖਸ਼ੇ ਬੋਲੇ ਸੱਚੇ ਦਰਬਾਰ ਕੀ ਹਾਂਜੀ 100 ਰੁਪਿਆ ਸਾਡੇ ਵੀਰ ਮਾਤਾ ਜਿਸੇ ਤੂੰ ਤਾਫੀਕ ਦੇ ਵਰਨਾ ਇਸ ਅੱਜਕੱਲ
ਕਾਟੀਏ ਰੱਖੀ ਨਹੀਂ ਕਾਟੀਏ ਸੋ ਸਾਰੇ ਨੇ ਮਹਾਮਾਈ ਦੇ ਦਰਬਾਰ ਤੇ ਤਾੜੀ ਵਜਾਉਣੀ ਹੈ ਤਾੜੀ ਦੇ ਨਾਲ ਗੋਟੇ ਨੇ ਪਾਉਣੇ ਜੀ ਇਕੱਠੇ ਨੇ ਸਾਰੇ ਮਿਲ ਕੇ ਇਸ਼ਕ ਤੇਰੇ ਦੇ ਰੰਗੀ ਗਈ ਕਾਟੀਏ ਸੱਚੇ ਦਰਬਾਰ ਕੀ ਫਤਿਹ।